ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਆਂ ਵੱਡੀਆਂ ਖਬਰਾਂ ਅੱਜ ਹੋਵੇਗਾ, ਪੰਜਾਬ ਦਾ ਬਜਟ ਪੇਸ਼, ਭਗਵੰਤ ਮਾਨ ਸਰਕਾਰ ਪੰਜਾਬੀਆਂ ਨੂੰ ਦੇਵੇਗੀ ਵੱਡੇ ਤੋਹਫੇ, ਨਾਲ ਹੀ ਹੋਣਗੇ ਐਲਾਨ। ਬਜਟ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ, ਨਾਲ ਹੀ ਭਗਵੰਤ ਮਾਨ ਦੇ ਬਿਆਨ ਦਾ ਦਿੱਤਾ ਠੋਕਵਾਂ ਜਵਾਬ। ਆਪ ਸਰਕਾਰ ਵੱਲੋਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਫੈਸਲਾ, ਕੇਜਰੀਵਾਲ ਸਰਕਾਰ ਹਰ ਔਰਤ ਨੂੰ ਦੇਵੇਗੀ 1000 ਰੁਪਏ। ਕਿਸਾਨਾਂ ਨੇ ਕੀਤੀ ਪੰਜਾਬ ਹਰਿਆਣਾ ਦਾ ਇੱਕ ਹੋਰ ਬਾਰਡਰ ਸੀਲ ਕਰਨ ਦੀ ਤਿਆਰੀ, ਕਿਸਾਨ ਆਗੂਆਂ ਨੇ ਕਰਤਾ ਐਲਾਨ। ਵਿਧਾਨ ਸਭਾ ਚ ਭਗਵੰਤ ਮਾਨ ਨੇ ਨਵਜੋਤ ਸਿੱਧੂ ਤੇ ਕੀਤਾ ਵੱਡਾ ਹਮਲਾ, ਨਵਜੋਤ ਸਿੱਧੂ ਨੂੰ ਦੱਸਿਆ ਬਿਨਾਂ ਡਰਾਈਵਰ ਤੋਂ ਚੱਲੀ ਹੋਈ ਟ੍ਰੇਨ। ਪ੍ਰਤਾਪ ਬਾਜਵਾ ਦਾ ਸੀਐਮ ਭਗਵੰਤ ਮਾਨ ਨੂੰ ਖੁੱਲਾ ਚੈਲੰਜ, ਕਿਹਾ ਜਿੱਥੋਂ ਭਗਵੰਤ ਮਾਨ ਚੋਣ ਲੜੇਗਾ ਮੈਂ ਤੇਰੇ ਖਿਲਾਫ ਲੜਾਂਗਾ। ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਵੱਡੀ ਖਬਰ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ। ਸੀਐਮ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਤੇ ਕਸਿਆ ਤੰਜ, ਕਿਹਾ ਅਸੀਂ ਤਾਂ ਖਹਿੜਾ ਛੁਡਵਾ ਲਿਆ ਸੀ, ਤੁਸੀਂ ਵੀ ਛੁਡਵਾ ਲਓ ਇਹ ਮਾਂਜੂ ਸਾਰਿਆਂ ਨੂੰ। ਅੱਜ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਵਿੱਚ ਪੰਜਾਬ ਦਾ ਬਜਟ ਪੇਸ਼ ਕਰੇਗੀ ਤੇ ਬਜਟ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡੇ ਤੋਹਫੇ ਮਿਲ ਸਕਦੇ ਹਨ। ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਬਜਟ ਸੈਸ਼ਨ 'ਚ ਪੰਜਾਬੀਆਂ ਲਈ ਬਹੁਤ ਵੱਡੇ ਵੱਡੇ ਤੋਹਫੇ ਆ ਰਹੇ ਹਨ, ਜਿਸਦਾ ਕਿ ਅੱਜ ਐਲਾਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ। ਇਸ ਦੇ ਨਾਲ ਹੀ ਦੱਸ ਦੇ ਕਿ ਕੱਲ੍ਹ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਈ, ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਦੀ ਤਿੱਖੀ ਬਹਿਸ ਵੀ ਹੋਈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਬੱਸਾਂ ਦੀਆਂ ਬਾਡੀਆਂ ਬਾਰੇ ਵੀ ਬੋਲੇ। ਉਹਨਾਂ ਕਿਹਾ ਕਿ ਰਾਜਾ ਵੜਿੰਗ ਸਾਹਿਬ, ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ, ਅਸੀਂ ਜਾਂਚ ਕਰਾਂਗੇ। ਤੇ ਉਹਨਾਂ ਨੇ ਸਪੀਕਰ ਸਾਹਿਬ ਨੂੰ ਕਿਹਾ ਕਿ ਕੱਲ ਨੂੰ ਬਜਟ ਪੇਸ਼ ਕਰਾਂਗੇ ਤੇ ਬਜਟ ਦੇ ਵਿੱਚ ਇੱਕ ਪ੍ਰਸਤਾਵ ਰੱਖਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਹਨ, ਪਰ ਪਿਛਲੀ ਸਰਕਾਰ ਦੌਰਾਨ ਰਾਜਸਥਾਨ ਕਿਉਂ ਜਾਣਾ ਪਿਆ, ਇਸ ਦੀ ਜਾਂਚ ਹੋਵੇਗੀ। ਪੰਜਾਬ ਸਰਕਾਰ ਦੇ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਵੀ ਮਾਨ ਸਰਕਾਰ ਦੀ 2 ਸਾਲਾਂ ਦੀ ਕਾਰਜਕਾਰੀ ਤੇ ਸਵਾਲ ਚੁੱਕੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਕਿਸੇ ਸਰਕਾਰ ਨੇ 1 ਸਾਲ ਵਿੱਚ 20,000 ਕਰੋੜ ਰੁਪਏ ਤੋਂ ਉੱਪਰ ਦਾ ਕਰਜ਼ਾ ਲਿਆ ਹੋਵੇ। ਪੰਜਾਬ ਦੀ ਪਿੱਠ ਤੋੜਨ ਲਈ, ਕਰਜ਼ਾ ਲੈਣ ਲਈ ਪੰਜਾਬ ਸਰਕਾਰ ਨੇ ਇਤਿਹਾਸ ਕਾਇਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਜਿਹੜੇ ਕਹਿੰਦੇ ਸਨ ਕਿ ਪੁੱਠੇ ਰਾਹ ਤੇ ਤੁਰੇ ਹੋਏ ਪੰਜਾਬ ਨੂੰ ਅਸੀਂ ਸਿੱਧੇ ਰਾਹ ਤੇ ਪਾਵਾਂਗੇ, ਅੱਜ ਉਸੇ ਪੰਜਾਬ ਸਰਕਾਰ ਨੇ 2 ਸਾਲਾਂ ਵਿੱਚ 67,000 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ। ਇਸ ਦੇ ਨਾਲ ਹੀ ਬਜਟ ਸੈਸ਼ਨ ਦੌਰਾਨ ਭਗਵੰਤ ਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਵੀ ਨਵਜੋਤ ਸਿੱਧੂ ਨੇ ਠੋਕਵਾਂ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ 15,000 ਦਾ ਇਕੱਠ ਹੁੰਦਾ ਹੈ ਤਾਂ ਉਹ ਸਾਰੇ ਦੋਸਤ ਹੀ ਹੁੰਦੇ ਹਨ, ਜਿਹੜਾ ਬੰਦਾ ਬਕਲੋਲ ਹੁੰਦਾ ਹੈ ਉਸਦੇ ਪੱਲੇ ਕੁਝ ਨਹੀਂ ਹੁੰਦਾ, ਇਹਨਾਂ ਦੇ ਏਜੰਡੇ ਦੇ ਉੱਤੇ ਕੋਈ ਜਵਾਬ ਨਹੀਂ ਹੋਵੇਗਾ, ਇਹ ਸੰਤਰਿਆਂ ਦਾ ਜਵਾਬ ਹੈ। ਮੇਰੇ ਤੇ ਨਿੱਜੀ ਹਮਲਾ ਕਰਕੇ ਭਗਵੰਤ ਮਾਨ ਨੂੰ ਲੱਗਦਾ ਹੋਵੇਗਾ ਕਿ ਮੈਂ ਗੰਦਾ ਹੋ ਜਾਵਾਂਗਾ, ਜੋ ਕਿ ਗਲਤ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ, ਕੇਜਰੀਵਾਲ ਸਰਕਾਰ ਹਰ ਔਰਤ ਨੂੰ 1000 ਰੁਪਏ ਦੇਵੇਗੀ। ਕੇਜਰੀਵਾਲ ਸਰਕਾਰ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਵੇਗੀ। ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ 1000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਵਿੱਤ ਮੰਤਰੀ ਅਤੀਸ਼ੀ ਨੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। ਇਸਦਾ ਐਲਾਨ ਕਰਦੇ ਹੋਏ ਉਹਨਾਂ ਕਿਹਾ ਕਿ ਰਾਮ ਰਾਜ ਦਾ ਅਗਲਾ ਸਿਧਾਂਤ ਔਰਤਾਂ ਦੀ ਸੁਰੱਖਿਆ ਹੈ। ਇੱਕ ਔਰਤ ਹੋਣ ਦੇ ਨਾਤੇ ਮੈਨੂੰ ਮਾਣ ਹੈ ਕਿ ਮੈਂ ਔਰਤਾਂ ਦੀਆਂ ਜ਼ਰੂਰਤਾਂ ਨੂੰ ਸਭ ਤੋਂ ਅੱਗੇ ਰੱਖਿਆ ਹੈ, ਚਾਹੇ ਬਿਜਲੀ ਅਤੇ ਪਾਣੀ ਦੇ ਬਿੱਲ, ਮੁਹੱਲਾ ਕਲੀਨਿਕ ਜਾਂ ਬਜ਼ੁਰਗ ਮਹਿਲਾਵਾਂ ਨੂੰ ਤੀਰਥ ਯਾਤਰਾ ਤੇ ਭੇਜਣਾ ਅਸੀਂ 2014 ਤੋਂ 2024 ਦੇ ਮੁਕਾਬਲੇ ਔਰਤਾਂ ਨੂੰ ਬਿਹਤਰੀਨ ਜੀਵਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨ ਆਗੂ ਸਰਵ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਉੱਤੇ ਕਿਸਾਨੀ ਮੰਗਾਂ ਨਿਵਾਉਣ ਦਾ ਦਬਾਅ ਪਾਉਣ ਲਈ 10 ਮਾਰਚ ਨੂੰ ਦੇਸ਼ ਭਰ ਵਿੱਚ ਰੇਲ ਰੋਕੋ ਦਾ ਐਲਾਨ ਕੀਤਾ ਹੈ ਅਤੇ ਦੇਸ਼ ਦੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨਾਂ ਲਈ 6 ਮਾਰਚ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ।
ਕਰਦਾ ਹੈ। ਉਹਨਾਂ ਨੇ ਐਲਾਨ ਕੀਤਾ ਕਿ 6 ਮਾਰਚ ਯਾਨੀ ਕੱਲ੍ਹ ਨੂੰ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਤੋਂ ਲੋਕ ਪੈਦਲ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਕੌਮੀ ਰਾਜਧਾਨੀ ਦਿੱਲੀ ਪਹੁੰਚਣਗੇ, ਜਦੋਂ ਕਿ ਖਨੌਰੀ ਅਤੇ ਸ਼ੰਭੂ ਬਾਰਡਰਾਂ 'ਤੇ ਅੰਦੋਲਨ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 10 ਮਾਰਚ ਨੂੰ 12 ਵਜੇ ਤੋਂ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਉਹਨਾਂ ਕਿਹਾ ਕਿ ਖਨੌਰੀ ਅਤੇ ਸ਼ੰਭੂ ਬਾਰਡਰਾਂ ਉੱਤੇ ਕਿਸਾਨ ਡਟੇ ਰਹਿਣਗੇ ਅਤੇ ਦਿੱਲੀ ਵੱਲ ਵਧਣ ਦਾ ਯਤਨ ਨਹੀਂ ਕਰਨਗੇ। ਇਹਨਾਂ ਬਾਰਡਰਾਂ ਉੱਤੇ ਕਿਸਾਨਾਂ ਦੀ ਗਿਣਤੀ ਵਧਾ ਕੇ ਦੁੱਗਣੀ ਤਿੱਗਣੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੱਬ ਵਾਲੀ ਬਾਰਡਰ 'ਤੇ ਵੀ ਧਰਨਾ ਮਾਰਿਆ ਜਾਵੇਗਾ। ਇਹ ਕਾਰਵਾਈ ਪੂਰੀ ਤਰ੍ਹਾਂ ਸ਼ਾਂਤਮਈ ਰਹੇਗੀ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਨਾ ਰੋਕਿਆ ਤਾਂ ਕਿਸਾਨ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ, ਪਰ ਜੇਕਰ ਰੋਕਾਂ ਲਗਾਈਆਂ ਗਈਆਂ ਤਾਂ ਕਿਸਾਨ ਸ਼ਾਂਤਮਈ ਢੰਗ ਨਾਲ ਉੱਥੇ ਹੀ ਪੱਕਾ ਮੋਰਚਾ ਲਗਾ ਕੇ ਬੈਠ ਜਾਣਗੇ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਹੈ। ਉਹਨਾਂ ਨੇ ਭਗਵੰਤ ਮਾਨ ਨੂੰ ਲੈ ਕੇ ਬਿਆਨ ਦਿੱਤਾ ਅਤੇ ਕਿਹਾ ਕਿ ਪੰਜਾਬ ਵਿੱਚ ਜਿੱਥੋਂ ਵੀ ਉਹ ਲੋਕ ਸਭਾ ਚੋਣ ਲੜਨਗੇ ਉਹ ਉਹਨਾਂ ਖਿਲਾਫ਼ ਹੀ ਚੋਣ ਲੜਨਗੇ। ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਵੀ ਕੀਤਾ ਹੈ। ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਭਗਵੰਤ ਮਾਨ ਤੂੰ ਪੰਜਾਬ ਵਿੱਚ ਜਿੱਥੋਂ ਵੀ ਲੋਕ ਸਭਾ ਚੋਣ ਲੜੇਗਾ ਮੈਂ ਤੇਰੇ ਖਿਲਾਫ਼ ਲੜਾਂਗਾ। ਪਹਾੜਾਂ 'ਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਹੋਈ ਬਾਰਿਸ਼ ਦੇ ਬਾਅਦ ਪੰਜਾਬ ਦੇ ਘੱਟੋ ਘੱਟ ਤਾਪਮਾਨ ਵਿੱਚ ਆਮ ਨਾਲੋਂ 3.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੱਛਮੀ ਗੜਬੜੀ ਹੁਣ ਪੰਜਾਬ ਤੋਂ ਮੱਧ ਭਾਰਤ ਵੱਲ ਵੱਧ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਹੁਣ ਹਾਲਾਤ ਆਮ ਵਾਂਗ ਹੀ ਰਹਿਣਗੇ ਤੇ 1-2 ਦਿਨਾਂ ਵਿੱਚ ਤਾਪਮਾਨ ਵੀ ਆਮ ਹੋ ਜਾਵੇਗਾ। ਪਹਾੜਾਂ 'ਤੇ ਹੋਈ ਬਰਫ਼ਬਾਰੀ ਤੇ ਉੱਪਰੀ ਇਲਾਕਿਆਂ ਤੋਂ ਹੇਠਾਂ ਵੱਲੋਂ ਠੰਡੀਆਂ ਹਵਾਵਾਂ ਚੱਲਣ ਦੇ ਕਾਰਨ ਪੰਜਾਬ ਦੇ ਘੱਟੋ ਘੱਟ ਤਾਪਮਾਨ ਵਿੱਚ 1 ਹੀ ਦਿਨ ਵਿੱਚ 3.2 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉੱਥੇ ਹੀ ਘੱਟੋ ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਦਰਜ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਫਿਰੋਜ਼ਪੁਰ ਦਾ ਤਾਪਮਾਨ ਇੱਕ ਵਾਰ ਫਿਰ 5 ਤੋਂ ਘੱਟ 4.3 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਖੂਬ ਹੰਗਾਮਾ ਹੋਇਆ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ 'ਤੇ ਤੰਜ ਕੱਸਿਆ ਅਤੇ ਪੁੱਛਿਆ ਕਿ ਖਹਿਰਾ ਸਾਹਿਬ ਅਜੇ ਕਾਂਗਰਸ ਵਿੱਚ ਹੀ ਹੋ, ਕਿੱਥੇ ਹੋ ਅੱਜ ਕੱਲ੍ਹ? ਪਹਿਲਾਂ ਇਹ ਅਕਾਲੀਆਂ ਕੋਲ ਸੀ, ਅਸੀਂ ਤਾਂ ਖਹਿੜਾ ਛੁਡਵਾ ਲਿਆ, ਤੁਸੀਂ ਵੀ ਛੁਡਵਾ ਲਓ। ਇਹ ਮਾਂਜੂ ਸਾਰਿਆਂ ਨੂੰ ਮਾਨ ਨੇ ਕਿਹਾ ਕਿ ਕਿੰਨੀਆਂ ਪਾਰਟੀਆਂ ਬਦਲੀਆਂ, ਅਜੇ ਤੱਕ ਸਾਈਕਲ 'ਤੇ ਵੀ ਸਟੈਂਡ ਹੁੰਦਾ ਹੈ। ਇਹ ਦੂਜਿਆਂ ਵਾਲੇ ਮੋਟਰਸਾਈਕਲ ਨੇ, ਜਿੱਧਰ ਨੂੰ ਮੂੰਹ ਕਰ ਦਿਓ ਉੱਧਰ ਹੀ ਲੱਗ ਜਾਂਦੇ ਨੇ। ਮਾਨ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਤੰਜ ਕੱਸਦਿਆਂ ਕਿਹਾ ਕਿ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਨਹੀਂ ਬਿਠਾਉਣਾ, ਤੁਸੀਂ 1/2 ਘੰਟਾ ਮੇਰੀ ਕੁਰਸੀ 'ਤੇ ਬੈਠ ਜਾਓ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਭਾਸ਼ਣ ਤੋਂ ਭੱਜ ਜਾਣ ਲਈ ਵਿਰੋਧੀ ਧਿਰ ਉੱਤੇ ਜੰਮ ਕੇ ਵਰਦਿਆਂ ਕਿਹਾ ਕਿ ਅਸਲ ਵਿੱਚ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੀਤੇ ਜਾ ਰਹੇ ਉਪਰਾਲੇ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਹਜ਼ਮ ਨਹੀਂ ਹੋ ਰਹੇ। ਸਦਨ 'ਚ ਰਾਜਪਾਲ ਦੇ ਭਾਸ਼ਣ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਸੂਬੇ ਦੀ ਭੋਰਾ ਵੀ ਪਰਵਾਹ ਨਹੀਂ, ਸਗੋਂ ਇਹ ਲੋਕ ਕਿਸੇ ਨਾ ਕਿਸੇ ਢੰਗ ਨਾਲ ਸਿਆਸੀ ਚੌਧਰੀ ਬਣੇ ਰਹਿਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਅਣਥੱਕ ਯਤਨ ਕਰ ਰਹੀ ਹੈ ਤਾਂ ਵਿਰੋਧੀ ਪਾਰਟੀਆਂ ਅੰਨਦਾਤਿਆਂ ਦੇ ਮੁੱਦਿਆਂ 'ਤੇ ਸਿਰਫ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਲੀਡਰਾਂ ਦੇ ਸ਼ੱਕੀ ਕਿਰਦਾਰ ਕਰ ਇਹਨਾਂ ਨੂੰ ਸੂਬੇ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਅਤੇ ਹੁਣ ਆਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਪੰਜਾਬ ਵਾਸੀ ਇਹਨਾਂ ਨੂੰ ਸਬਕ ਸਿਖਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 2 ਸਾਲਾਂ 'ਚ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਬੇਮਿਸਾਲ ਕਦਮ ਚੁੱਕੇ ਹਨ। ਉਹਨਾਂ ਕਿਹਾ ਕਿ ਵਿਰੋਧੀ ਧਿਰ ਨੂੰ ਲੋਕਾਂ ਦੀ ਭਲਾਈ ਜਾਂ ਲੋਕਾਂ ਦੀ ਖੁਸ਼ਹਾਲੀ ਲਈ ਕੋਈ ਲੈਣਾ ਦੇਣਾ ਨਹੀਂ, ਸਗੋਂ ਇਹਨਾਂ ਆਗੂਆਂ ਨੂੰ ਸਿਰਫ ਸੱਤਾ ਹਾਸਲ ਕਰਨ ਦੀ ਚਿੰਤਾ ਹੈ। ਖਹਿਰਾ ਸਾਹਿਬ ਹਜੇ ਕਾਂਗਰਸੀ ਹੋ, ਖਹਿਰਾ ਸਾਹਿਬ ਕਾਂਗਰਸੀ ਹੋ, ਅੱਜ ਕੱਲ੍ਹ ਕਿੱਥੇ ਹੋ? ਅੱਜ ਕੱਲ੍ਹ ਪਹਿਲਾਂ ਅਕਾਲੀਆਂ ਕੋਲੇ ਸੀ, ਮੈਂ ਤਾਂ ਖਹਿੜਾ ਛਡਾ ਲਿਆ ਸੀ, ਇਹ ਤੋਂ ਵੀ ਛਡਾ ਲਓ। ਇਹ ਮਾਂਜੂ ਤੁਹਾਨੂੰ, ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ, ਸਾਡੇ ਕੋਲ ਹੀ ਰਿਹਾ। ਅਸੀਂ ਤੁਹਾਨੂੰ ਕਹਿੰਦੇ ਹਾਂ ਸਾਡਾ ਤਜਰਬਾ ਬਹੁਤ ਮਾੜਾ, ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ।
ਕਮਾਲ ਹੈ। ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ, ਇਹ ਦੋਜੀਆਂ ਵਾਲੇ ਮੋਟਰਸਾਈਕਲ ਨੇ, ਜਿੱਧਰ ਨੂੰ ਡੇਟਾ ਕਰ ਦੋ ਉਧਰ ਨੂੰ ਹੋ ਜਾਵੇ। ਮੁੱਖ ਮੰਤਰੀ ਸਾਹਿਬ ਗਵਰਨਰ ਡਰੈਸ, ਮੈਨੂੰ ਪਤਾ ਲੱਗਿਆ ਹੁਣ ਕਿਸੇ ਨਵੀਂ ਪਾਰਟੀ ਜਾ ਰਹੇ, ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਿਹਾ। ਸੋ ਇਹਨਾਂ ਨੂੰ ਕੁਛ ਨੀ ਲੱਭਣਾ, ਇਹ ਉਹ ਭਮੱਖਰ ਨੇ ਕਦੇ ਐਸ ਫੁੱਲ ਤੇ, ਮੇਰਾ ਯਾਰ ਤਿਤਲੀਆਂ ਵਰਗਾ, ਕਦੇ ਐਸ ਫੁੱਲ ਤੇ ਕਦੇ ਉਸ ਫੁੱਲ। ਚੁੱਪ ਕਰ, ਚੁੱਪ ਕਰ, ਚੁੱਪ ਕਰ ਜਾ, ਪਰਸੋਂ ਚੌਥੇ ਨੂੰ, ਪਰਸੋਂ ਚੌਥੇ ਨੂੰ ਵੀ ਚੁੱਪ ਹੀ ਕਰੀ ਆ ਨਾ, ਹੁਣ ਚੁੱਪ ਕਰ ਜਾ। ਸਾਰਿਆਂ ਦੀਆਂ ਮੇਰੇ ਕੋਲ ਫਾਈਲਾਂ ਪਈਆਂ ਸਾਰਿਆਂ ਦੀ। ਸਰ ਕੱਲ ਨੂੰ ਬਜਟ ਪੇਸ਼ ਕਰਨਗੇ, ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਹੈ, ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਸਰ, ਹਰਗੋਬਿੰਦ ਭਦੌੜ ਵਾਲਾ ਮਸ਼ਹੂਰ ਹੈ, ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ, ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ, ਪਰ ਪਤਾ ਨੀ ਕੀ ਕਾਰਨ ਹੋ ਗਿਆ, ਪਿਛਲੇ ਸਰਕਾਰ ਦੌਰਾਨ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ। ਸਾਰੇ ਚੈੱਕ ਕਰਾਂਗੇ, ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ, ਇਹ ਚੈੱਕ ਕੀਤਾ ਜਾਊਗਾ। ਇਹ ਆਪਣਾ ਆਪਣਾ ਤਾਂ ਬਿਜ਼ਨਸ, ਆਪਣਾ ਬਿਜ਼ਨਸ ਬਾਹਰ ਜਾ ਰਿਹਾ, ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ, ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ। ਵੜਿੰਗ ਸਾਹਿਬ, ਰਾਜਾ ਵੜਿੰਗ ਸਾਹਿਬ, ਆ ਸੁਣ ਲਿਓ, ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨੀ ਲੱਗਦੀਆਂ, ਇਹਦੇ ਬਾਰੇ ਅਸੀਂ ਜਾਂਚ ਕਰਾਂਗੇ। ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬੱਸਾਂ ਦੀਆਂ ਬਾਡੀਆਂ ਕਿਉਂ ਲਵਾਉਣੀਆਂ ਪਈਆਂ, ਇਹਦੇ ਬਾਰੇ ਵੀ ਸਾਰਾ ਕੁਝ ਜਾਂਚ ਕੀਤੀ ਜਾਊ, ਕਿੰਨਾ ਘਾਟਾ ਪਿਆ ਆਪਾਂ ਨੂੰ, ਤੇ ਬੱਸਾਂ ਲੋਕ ਬਾਡੀਆਂ ਲਵਾਉਣ ਆਉਂਦੇ ਇੱਥੇ। ਸੋ ਇਹਨਾਂ ਦੀ ਮੁਰਦਾਬਾਦ ਮੁਰਦਾਬਾਦ ਸੁਣੀ ਜਾਓ, ਜਨਤਾ ਵੱਲੋਂ ਵੀ ਮੁਰਦਾਬਾਦ ਹੀ ਹੈ। ਮਿਸਟਰ ਬਾਜਵਾ, ਓ ਮਿਸਟਰ ਬਾਜਵਾ, ਹੈਲੋ, ਅੱਖਾਂ ਕਰ ਇੱਧਰ, ਪੌਣੇ ਦੋ ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹੇ ਹਾਂ, ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨੀ, 2:45 ਤੁਸੀਂ ਕਿੱਥੇ ਸੀ, ਤੁਸੀਂ ਰਿਐਕਟ ਕਿਉਂ ਨੀ ਕੀਤਾ, ਤੁਸੀਂ ਸਵੇਰੇ ਦਾ 11 ਵਜੇ ਉੱਠੇ, ਐਡਰੈਸ ਕੀਤਾ ਜਾਵੇ, ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ, ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ, ਐਡਰੈਸ ਕੀਤਾ ਜਾਵੇ। ਅੱਜ ਫੁੱਟ ਬੁਹਾਣ ਵਾਲਾ ਇਹ ਬੰਦਾ ਫਰੈਂਡ, ਅੱਜ ਕਿਸਾਨ ਯਾਦ ਆ ਗਏ, ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਲਾਉਂਦੇ ਸੀ ਮਟਨ ਨੂੰ, ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨੀ ਕੋਈ, 726 ਮਰਵਾ ਲਏ, 726 ਮਾਰੇ ਗਏ, ਸ਼ਰਧਾਂਜਲੀ ਦਿੱਤੀ, ਜੋ 726 ਮਰੇ ਸੀ ਲੈ ਕਿਉਂ ਨੀ ਦਿੱਤੀ, ਕੱਲੇ ਕੱਲਾ ਉਹਨੇ ਕਿਹਾ ਕਿ ਜਿੱਥੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੈਂ ਤੁਹਾਡੇ ਬਰਾਬਰ ਚੱਲਣਾਗਾ, ਉਹਨੇ ਓਪਨਲੀ ਚੈਲੰਜ ਕੀਤਾ, ਮੈਂ ਉਹਦਾ ਚੈਲੰਜ ਕਬੂਲ ਕਰ ਐਜ਼ ਲੀਡਰ ਆਫ ਦੀ CLP। ਜਿੱਥੇ ਵੀ ਭਗਵੰਤ ਮਾਨ ਪਾਰਲੀਮੈਂਟ ਦੀ ਇਲੈਕਸ਼ਨ ਲੜੇਗਾ, ਜੇ ਉਹ ਲੜੇਗਾ ਤਾਂ ਮੈਂ ਉਹਦੇ ਖਿਲਾਫ਼ ਲੜਾਂਗਾ, ਮੇਰੀ ਇਹ ਪੇਸ਼ਕਸ਼ ਹੈ ਪੰਜਾਬ ਦੇ ਲੋਕਾਂ ਨਾਲ ਵਾਅਦਾ ਹੈ, ਜਿੱਥੇ ਵੀ ਭਗਵੰਤ ਮਾਨ ਜੇ ਪਾਰਲੀਮੈਂਟ ਲੜੇ, ਕਿਉਂਕਿ ਉਹਨੇ ਅੱਧਰ ਵਚਨ ਦਿੱਤਾ ਸੀ ਮੈਂ ਪਾਰਲੀਮੈਂਟ ਲੜਾਂਗਾ, ਤੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਦਮ ਹੈ ਤੇ ਮੇਰੇ ਸਾਹਮਣੇ ਲੜ ਕੇ ਵਿਖਾਓ, ਤੇ ਮੈਂ ਕਿਹਾ ਸੀ ਜੇ ਪਿਓ ਦਾ ਪੁੱਤਰ ਨੇ ਭਗਵੰਤ, ਜੇ ਪਿਓ ਦਾ ਪੁੱਤਰ ਨੇ ਹੁਣ ਜਿੱਥੇ ਮਰਜ਼ੀ ਪੰਜਾਬ 'ਚ ਲੜ ਲੈ 13 ਸੀਟਾਂ 'ਚ, ਅਸੀਂ ਤੇਰਾ, ਸਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਪ੍ਰਤਾਪ ਸਿੰਘ ਬਾਜਵਾ ਤੇਰਾ ਮੁਕਾਬਲਾ ਕਰੇਗਾ, ਫੈਸਲਾ ਲੋਕਾਂ ਦੇ ਹੱਥੇ ਛੱਡਾਂ। ਇਹ ਬਿਲਕੁਲ ਇਸ ਟਾਈਮ ਕੱਪੜਿਆਂ ਤੋਂ ਬਾਹਰ ਹੋ ਚੁੱਕੇ ਆ, ਦਿਮਾਗ ਦੇ ਉੱਤੇ ਤਾਕਤ ਦੀ ਇੰਨੀ ਪੂਰੀ ਤਰ੍ਹਾਂ ਛਾ ਚੁੱਕੀ ਹੈ, ਇਹਨੂੰ ਜਿਹੜੇ ਕਾਇਦੇ ਕਾਨੂੰਨ ਨੇ, ਜਿਹੜੀ ਇੱਕ ਪਰੰਪਰਾ ਹੈ CM ਦੀ ਆਫਿਸ ਦੀ, ਉਹ ਸਾਰੀਆਂ ਭੁੱਲ ਚੁੱਕੇ ਆ। ਇੱਕ ਹੋਰ ਵੀ ਰਾਜਸੀ ਪਾਰਟੀ ਦਾ ਮੁਖੀ ਹੁੰਦਾ ਸੀ ਜਿਹੜਾ ਕਹਿੰਦਾ ਸੀ 25 ਸਾਲ ਨਹੀਂ ਅਸੀਂ ਜਾਣਾ, ਅਤੇ ਹੁਣ ਤੁਸੀਂ ਵੇਖੋ ਹਾਲ ਉਹਨਾਂ ਦਾ ਕੀ ਬਣ ਰਿਹਾ।
ਤਾਂ ਭਗਵੰਤ ਮਾਨ ਜੀ ਇੱਕ ਚੰਗੀ ਤਰ੍ਹਾਂ ਸੁਣ ਲਓ, ਪੰਜਾਬ ਦੇ ਲੋਕ ਜਿਹਦੇ ਸਿਰ 'ਤੇ ਤਾਜ ਰੱਖਦੇ ਨੇ ਉਹਨਾਂ ਨੂੰ ਤਾਜ ਲਾਹਣਾ ਵੀ ਆਉਂਦਾ ਅਤੇ ਤਖ਼ਤ 'ਤੇ ਚੜ੍ਹਾਉਣਾ ਵੀ ਆਉਂਦਾ। ਦੇਖੋ ਗੱਲ ਇਹ ਹੈ ਕਿ ਰਾਜਾ ਵੜਿੰਗ ਜੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੀ ਡਰਦਾ ਹੁੰਦਾ ਤਾਂ ਮੈਂ ਤਾਂ ਇੱਥੋਂ ਤੱਕ ਪਹੁੰਚ ਹੀ ਨਹੀਂ ਸਕਦਾ ਸੀ। ਪਹਿਲਾਂ ਥੱਲਿਓਂ ਚੱਲ ਕੇ ਕਿਸ ਤਰ੍ਹਾਂ ਉਹਨਾਂ ਸਰਕਾਰਾਂ ਦਾ ਮੁਕਾਬਲਾ ਕੀਤਾ। ਇਸੇ ਤਰ੍ਹਾਂ ਹੀ ਕਈ ਵਾਰੀ ਵਿਧਾਨ ਸਭਾ ਦੇ ਵਿੱਚ ਬਾਦਲ ਵਾਲੇ ਡਰਾਉਂਦੇ ਹੁੰਦੇ ਸੀ, ਪਰ ਲੜ ਲੜ ਕੇ ਮੈਨੂੰ ਕਿਸੇ ਤੋਂ ਕੋਈ ਕਲੀਨ ਚਿੱਟ ਨਹੀਂ ਚਾਹੀਦੀ। ਮੈਂ ਤੀਜੀ ਵਾਰੀ ਲਗਾਤਾਰ ਜਿੱਤ ਕੇ ਆਇਆ, ਮੈਨੂੰ ਮੇਰੇ ਲੋਕਾਂ ਨੇ ਕਲੀਨ ਚਿੱਟ ਦਿੱਤੀ ਵੀ ਹੈ, ਨਾ ਮੈਂ ਪਹਿਲਾਂ ਕਦੇ ਡਰਿਆ। ਜਿਹਦੀ ਮਾਂ ਚਲੀ ਗਈ ਹੋਵੇ, ਬਾਪ ਚਲਾ ਗਿਆ ਹੋਵੇ 6 ਸਾਲ ਦਾ, ਇਸ ਤੋਂ ਵੱਡਾ ਨੁਕਸਾਨ ਜ਼ਿੰਦਗੀ 'ਚ ਹੋਰ ਕੀ ਹੋ ਸਕਦਾ। ਨਾ ਕਦੇ ਪਹਿਲਾਂ ਡਰੇ, ਨਾ ਹੁਣ ਡਰਦੇ, ਨਾ ਕਦੇ ਪਹਿਲਾਂ ਇਨਕੁਆਇਰੀ ਨੂੰ ਕਿਹਾ ਵੀ ਨਾ ਕਰੋ, ਨਾ ਹੁਣ ਕਿਹਾ। ਮੁੱਖ ਮੰਤਰੀ ਸਾਹਿਬ ਦੀ ਜਦੋਂ ਮਨ ਮਰਜ਼ੀ ਆਵੇ ਉਹ ਜੋ ਕਰਨਾ ਚਾਹੁਣ ਉਹ ਕਰ ਸਕਦੇ, ਲੇਕਿਨ ਇਸ ਤਰ੍ਹਾਂ ਰੋਜ਼ਾਨਾ ਇਸ ਤਰ੍ਹਾਂ ਦੀ ਕਹਾਣੀ ਸੁਣਾਉਣੀ ਤੇ ਕਹਾਣੀ ਪਾਉਣੀ ਇਹ ਮਾੜੀ ਗੱਲ ਹੈ। ਅਸੀਂ ਸਤਿਕਾਰ ਕਰਦੇ ਹਾਂ ਹਰ ਵਿਅਕਤੀ ਦਾ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਹੁਣ ਰਾਜਾ ਵੜਿੰਗ ਉਸ ਪੋਜੀਸ਼ਨ ਤੇ ਹੈ, ਹਰ ਵਿਅਕਤੀ ਨੂੰ ਤਲੀਮ ਤੇ ਤਹਿਜ਼ੀਬ ਨਾਲ। ਤੁਸੀਂ ਵੇਖਿਆ ਹੋਣਾ ਕਿ ਜਦੋਂ ਦੇ ਪ੍ਰਧਾਨ ਬਣੇ ਕਦੇ ਕਿਸੇ ਨੂੰ ਤਲੀਮ ਤੇ ਤਹਿਜ਼ੀਬ ਤੋਂ ਬਿਨਾਂ ਨਹੀਂ ਬੋਲੇ, ਚਾਹੇ ਕੋਈ ਵਿਰੋਧੀ ਹੋਵੇ। ਲੇਕਿਨ ਜੇ ਕੋਈ ਵਿਅਕਤੀ ਇਸ ਗੱਲ ਨੂੰ ਕਮਜ਼ੋਰੀ ਸਮਝੇ, ਕਮਜ਼ੋਰ ਕੋਈ ਨਹੀਂ ਹੈ, ਨਾ ਮੈਂ ਕਮਜ਼ੋਰ ਹਾਂ ਨਾ ਕੋਈ ਕਮਜ਼ੋਰ ਹੈ। ਸੋ ਜਿਸ ਤਰ੍ਹਾਂ ਦੀ ਵੀ ਕੋਈ ਇਨਕੁਆਇਰੀ ਹੋਊਗੀ ਡਟ ਕੇ ਉਹਦਾ ਸਾਹਮਣਾ ਕਰਾਂਗੇ, ਉਹ ਲੜਾਈ ਲੜਾਂਗੇ। ਨਕੰਮੀ ਨਿਖੱਟੂ ਸਰਕਾਰ ਆਈ ਹੈ ਜਿਹਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੀ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ। ਇਸ ਸਾਲ ਦਾ ਕਰਜ਼ਾ ਉਹ ਮਿਲਾ ਕੇ 36,000 ਕਰੋੜ ਰੁਪਏ, 36,000 ਕਰੋੜ ਰੁਪਈਆ ਸਰ, 2 ਸਾਲਾਂ ਦੇ ਵਿੱਚ 67,000 ਕਰੋੜ ਰੁਪਈਆ ਕਰਜ਼ਾ ਚੁੱਕ ਲਿਆ ਉਸ ਸਰਕਾਰ ਨੇ, ਜਿਹੜੇ ਕਹਿੰਦੇ ਸੀਗੇ ਅਸੀਂ ਇਹ ਪੁੱਠੀ ਰਾਹ ਦੇ ਤੁਰੇ ਪੰਜਾਬ ਨੂੰ ਸਿੱਧੀ ਰਾਹ ਪਾਵਾਂਗੇ। ਇਸ ਐਵਰੇਜ ਦੇ ਉੱਤੇ 5 ਸਾਲਾਂ ਦੇ ਵਿੱਚ 1,70,000 ਕਰੋੜ ਰੁਪਈਆ ਕਰਜ਼ਾ ਚੁਕਾ ਦੂੰਗੇ। ਲਾਸਟ ਤੇ ਹੈ ਪੰਜਾਬ, 50 ਤੇ ਪਹੁੰਚ ਗਈ ਡੈਟ GDP ਰੇਸ਼ੋ 50, ਤੇ ਜਦੋਂ 60 ਤੇ ਪਹੁੰਚੂ ਸ੍ਰੀਲੰਕਾ ਤੁਹਾਨੂੰ ਬ੍ਰੈਡ ਨਹੀਂ ਮਿਲੂ। ਸਹੀ ਭਰਾ ਖਡਾਉਣਾ ਬਣਿਆ, ਸੈਂਟਰ ਦੇ ਹੱਥ ਦਾ ਗੁੱਡਾ ਬਣਿਆ, ਤਾਂ ਹੀ ਤੇ ਕਿਸਾਨਾਂ ਦੇ ਨਾਲ ਕੰਟਰੈਕਟ ਫਾਰਮਿੰਗ ਜਿਹੜਾ ਰਿਜੈਕਟ ਕੀਤਾ ਹੋਇਆ ਸੀ ਉਹਦੇ ਕਾਨੂੰਨ ਬਣਾਉਣਾ, ਆਪਣੀ ਵੋਟ ਬੈਂਕ ਪੋਲਿਟਿਕਸ ਖਤਮ। ਪੰਜਾਬੀ ਵੀਰੋ, ਕਿ ਸੜਕਾਂ ਬਣਾਉਣ ਤੇ ਪੁਲ ਬਣਾਉਣ ਤੇ ਇਹਦੇ ਪਿਛਲੇ ਉਦਘਾਟਨ ਕਰੀ ਜਾਂਦਾ, ਕਿਤੇ ਝੋਟਿਆਂ ਦਾ ਕਹਿੰਦਾ ਝੋਟੇ ਆਉਣਗੇ ਇੱਥੇ, ਝੋਟੇ ਖਾਦੇ ਉਦਾਂ ਦੇ ਉਦਾਂ ਹੀ ਪਏ ਨੇ ਇੱਥੇ, 5-5 ਉਹ ਲੱਗੇ। ਕੈਪੀਟਲ ਐਕਸਪੈਂਡੀਚਰ ਚ ਜਦੋਂ ਸਟੇਟ ਪੈਸੇ ਪਾਉਂਦਾ ਉਹ 5 ਗੁਣੇ ਹੋ ਕੇ ਵਾਪਸ ਆਉਂਦਾ। ਜਿਹੜੇ ਮੁੱਦਿਆਂ ਦੇ ਨਾ ਜਵਾਬ ਨਹੀਂ ਦਿੰਦਾ, ਸੰਤਰਿਆਂ ਦੇ ਜਵਾਬ ਇਹਦੇ ਕੋਲ ਹੈ ਹੀ ਕੁਛ ਨੀ, ਇਹਦੇ ਪੱਲੇ ਕੱਖ ਨੀ। 1,000 ਰੁਪਈਏ ਜਿਹੜਾ ਬੀਬੀਆਂ ਨੂੰ ਦੇਣੇ ਸੀ ਉਹ ਦੇ ਨਹੀਂ ਸਕਦਾ, ਕਿਉਂਕਿ ਪੱਲੇ ਨੀ ਧੇਲਾ, ਕਰਦੀ ਮੇਲਾ ਹੈ ਜੀ, ਐਂ ਸਮਝਦੇ ਪੰਜਾਬੀ ਹੈ ਜੀ। ਜਿਹੜੀ ਓਲਡ ਪੈਨਸ਼ਨ ਸਕੀਮ ਪਿਓ ਵਾਲੀ ਅਨਾਊਂਸ ਕਰਤੀ, 1.5 ਸਾਲ ਹੋ ਗਿਆ ਉਹਨੂੰ ਨੋਟੀਫਾਈ ਨਹੀਂ, ਉਹ ਆ ਗਿਆ ਜੀ, ਸ਼ੇਰ ਆ ਗਿਆ ਜੀ, ਹਿਮਾਚਲ ਨੇ ਕਰਕੇ ਉਹ ਮਰੀ ਦੇ ਕੇ ਉਹ ਮਰੀ। ਇਹ ਸਰਕਾਰਾਂ ਚਲਾਉਣੀਆਂ ਤੇ ਚੁਟਕਲੇ ਸੁਣਾਉਣੇ ਬਹੁਤ ਫਰਕ ਹੈ ਮਿੱਤਰਾ। 1,07,00,000 ਬੰਦਿਆਂ ਦਾ ਇਲਾਜ ਤੇ ਤੁਸੀਂ ਖਰਚਾ ਕੀਤਾ ਪਰ ਹੈਡ, ਜਿਹਦੇ ਨਾਲ 1 ਪੈਰਾਸੀਟਾਮੋਲ ਦੀ ਗੋਲੀ ਮਹਿੰਗੀ ਹੈ, ਤੇ ਤੁਸੀਂ ਟੈਸਟਾਂ ਦੇ ਜਿਹੜੇ ਖਰਚੇ ਦਿੱਤੇ, ਮੈਂ ਕਹਿੰਦਾ 1 ਚੀਜ਼ ਦਾ ਟੈਸਟ ਨਹੀਂ ਹੋ ਸਕਦਾ ਉਹਦਾ ਚ, ਤੇ ਤੁਸੀਂ
ਉੱਚੀਆਂ ਉੱਚੀਆਂ ਮਾਰਦੇ ਹੋ ਨਾ ਹੈ ਝੂਠ ਦਾ ਪੁਲਿੰਦਾ ਦੇ ਕਹਿੰਦਾ ਜੀ ਅਸੀਂ 9000 ਟੀਚਰਾਂ ਨੂੰ ਨੌਕਰੀ ਦੇ ਕਿੰਨੀ 9000 ਟੀਚਰਾਂ ਨੂੰ ਨੌਕਰੀ ਦੇ ਦਿੱਤੀ 8000 ਰਿਟਾਇਰ ਪੜ੍ਹ ਲਓ ਪੜ੍ਹ ਲਓ ਪੂਸ ਦੇਖੋ ਇਹਨਾਂ ਲੋਕਾਂ ਦੀ ਮਤਲਬ ਕਿਸ ਕਦਰ ਗਿਰ ਗਏ ਕਮਾਲ ਤੇਰੀ ਕਮਾਲ ਤੇ ਉਹ 36000 ਕਿੱਧਰ ਗਏ ਹਰੇ ਪੈਨ ਦੀ ਸਿਆਹੀ ਨਾਲ ਤੇਰੀ ਸਿਆਹੀ ਮੁੱਕ ਗਈ ਕਿੱਥੇ ਆ ਉਹ ਸਿਆਹੀ ਆਪਦੀਆਂ ਨਜ਼ਰਾਂ 'ਚ ਗਿਰ ਗਏ ਹੋ ਸਰ ਤੁਸੀਂ ਤੁਹਾਨੂੰ ਚੁੱਕਣ ਵਾਲਾ ਕੋਈ ਤੁਸੀਂ ਕਹਿੰਦੇ ਹੋ 8,26,000 ਹਾਊਸ ਹੋਲਡਾਂ ਨੂੰ ਅਸੀਂ ਮਨਰੇਗਾ ਦੇ ਦਿੱਤੀ ਉਹ ਦਿਹਾੜੀ 100 ਦਿਨਾਂ ਦੀ ਹੈ ਤੁਸੀਂ 35-36 ਦਿਨਾਂ ਦੀ ਨਹੀਂ ਦਿੱਤੀ